ਇਹ 12 ਤਰੀਕ ਦੇ ਗਏ ਜੀ, 12 ਤਰੀਕ ਨੂੰ ਅਸੀਂ ਤੋਰ ਕੇ ਆਉਂਦੇ ਜੀ, ਇਸ ਵਾਸਤੇ ਖੇਡਦੇ ਗਏ ਆ, ਵਧੀਆ ਕੋਈ ਇਹੋ ਜਿਹੀ ਗੱਲ ਨਹੀਂ ਸੀ, ਸਿਹਤ ਪੱਖੋਂ ਵੀ ਠੀਕ ਸੀਗੇ, ਵਧੀਆ ਆਪਦਾ ਜੋ ਘਰ ਦਾ ਗੁਜ਼ਾਰਾ ਵਧੀਆ ਤੋਰਦੇ ਸੀ। ਹਾਂ, ਕਿੰਨੀ ਜ਼ਮੀਨ? ਜ਼ਮੀਨ ਤਾਂ ਜੀ 7-8 ਗਲੇ ਜ਼ਮੀਨ ਹੈ ਜੀ, ਜ਼ਿਆਦਾ ਜ਼ਮੀਨ ਨਹੀਂ, ਜ਼ਮੀਨਾਂ ਜੱਟਾਂ ਕੋਲ ਕਿਹੜੀਆਂ ਜੀ? ਠੀਕ ਹੈ, ਵੇਖੋ ਕਰਜ਼ੇ ਦੇ ਮਾਰੇ ਅਸੀਂ ਉੱਥੇ ਜਾਂਦੇ ਹਾਂ, ਸਾਡਾ ਕਿਹੜਾ ਜੀ ਕਰਦਾ ਵੀ ਅਸੀਂ ਜਾ ਕੇ ਸਰਕਾਰ ਨਾਲ ਲੜ ਗਏ, ਪਰ ਉਹ ਵਿਚਾਰਾ ਹੱਸਦਾ ਖੇਡਦਾ ਗਿਆ ਸੀ, ਅਤੇ ਅਸੀਂ ਤਾਂ ਇਹ ਹੱਥ ਜੋੜ ਕੇ ਬੇਨਤੀ ਕਰਦੇ ਸਰਕਾਰ ਮੂਹਰੇ ਵੀ ਉਹਨੂੰ ਨੌਕਰੀ ਦੇਣੀ ਚਾਹੀਦੀ ਉਹਦੇ ਬੱਚੇ ਨੂੰ, ਅਤੇ 10 ਲੱਖ ਰੁਪਇਆ ਦੇਣਾ ਚਾਹੀਦਾ। ਕੀ ਪਰਿਵਾਰ 'ਚ ਕੌਣ ਕੌਣ? ਪਰਿਵਾਰ ਦੇ ਵਿੱਚ ਇੱਕ ਉਹਦਾ ਬੇਟਾ ਜੀ, ਇੱਕ ਬੇਟੀ ਹੈ, ਅਤੇ ਘਰ 4 ਜੀ ਹੈ ਜੀ। ਹਾਂਜੀ, ਕੀ ਦੱਸਿਆ ਕੀ ਸੀਗਾ, ਕੀ ਪ੍ਰੋਬਲਮ ਆਈ ਹੈ ਧੂੰਏ? ਪ੍ਰੋਬਲਮ ਤਾਂ ਜੀ ਧੂੰਏ ਦੇ ਕਾਰਨ ਉੱਥੇ ਹੋਰ ਕਿਸਾਨਾਂ ਨੂੰ ਬਹੁਤ ਆਈ ਜਾਂਦੀ, ਉਹਨੂੰ ਤਾਂ ਵਿਚਾਰੇ ਨੂੰ ਆਉਣੀ ਆਉਣੀ ਸੀ ਵੀ ਠੀਕ ਹੈ, ਉੱਥੇ ਹੋਰ ਦੁਨੀਆਂ ਬਥੇਰੀ ਮਰੀ ਜਾਂਦੀ ਹੈ, ਵਧੀਆ ਕੋਈ ਇਹੋ ਜਿਹੀ ਗੱਲ ਨਹੀਂ ਸੀ ਵੀ ਕਿਸੇ ਪੱਖੋਂ ਕੋਈ ਬਿਮਾਰੀ ਜਾਂਦੀ, ਕਿਸੇ ਗੱਲ ਨਹੀਂ ਸੀ, ਪਰ ਧੂੰਏ ਕਾਰਨ ਉਹਨੂੰ ਦਿੱਕਤ ਹੋਈ, ਦਿੱਕਤ ਕਰਕੇ ਸਾਹ ਔਖਾ ਹੋਣ ਲੱਗ ਗਿਆ, ਸਾਹ ਔਖੇ ਦੇ ਨਾਲ ਫਿਰ ਉਹ। ਪਰ ਲੱਗਦਾ ਸਰਕਾਰ ਕੋਲ ਮੌਕਾ ਹੈਗਾ ਹਜੇ ਵੀ ਨਿਬੇੜਦੇ? ਸਰਕਾਰ ਜੀ ਨਿਬੇੜ ਤਾਂ ਵਧੀਆ ਜੀ, ਇਹ ਤਾਂ ਸਾਰੇ ਕਹੀ ਜਾਂਦੇ ਆ, ਸਾਰੇ ਬੱਚਾ ਬੱਚੀ ਕਹੀ ਜਾਂਦੇ, ਬੁੜੀਆਂ ਕਹੀ ਜਾਂਦੀਆਂ, ਜਾਣ ਕਹੀ ਠੀਕ ਹੈ, ਘਰਾਂ ਦੇ ਘਰ ਬਰਬਾਦ ਹੋਈ ਜਾਂਦੇ ਆ। ਬਿਲਕੁਲ, ਹਾਂਜੀ, ਵੱਡਾ ਨੁਕਸਾਨ, ਨੁਕਸਾਨ ਬਹੁਤ ਹੋ ਜਾਂਦਾ ਜੀ, ਕਿੱਥੋਂ ਘਾਟਾ ਪੂਰਾ ਹੋਊਗਾ? ਠੀਕ ਹੈ, ਅਸੀਂ ਤਾਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਛੇਤੀ ਤੋਂ ਛੇਤੀ ਹੱਲ ਹੋਵੇ, ਜਿਹੜੇ ਉੱਥੇ ਕਿਸਾਨ ਮਰੇ ਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਜੋ ਉਹਨਾਂ ਦੇ ਬੱਚੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ। ਠੀਕ ਹੈ, ਸਰਕਾਰ ਮੂਹਰੇ ਹੱਥ ਜੋੜ ਕੇ ਬੇਨਤੀ ਕਰਦੇ ਜੀ। ਫੋਨ 'ਤੇ ਗੱਲਬਾਤ ਹੋਈ ਸੀ ਵੀ? ਹਾਂਜੀ, ਗੱਲਬਾਤ ਹੁੰਦੀ ਸੀ, ਠੀਕ ਸੀਗਾ ਬਿਲਕੁਲ, ਬਿਲਕੁਲ ਠੀਕ ਸੀ। ਕੌਣ ਕੌਣ ਪਰਿਵਾਰ 'ਚ ਇਹਨਾਂ ਦੀ ਜ਼ਮੀਨ ਕਿੰਨੀ ਹੈ? ਇਹਨਾਂ ਕੋਲ ਜ਼ਮੀਨ 8 ਕਿੱਲੇ ਆਈ, ਇੱਕ ਬੇਟਾ ਇੱਕ ਬੇਟੀ ਹੈ ਅਤੇ ਪਤਨੀ ਹੈ ਉਹਨਾਂ ਦੀ, 4 ਜੀ ਹੈ। ਤੁਹਾਨੂੰ ਲੱਗਦਾ ਕਿ ਸਰਕਾਰਾਂ ਨੂੰ ਹੱਲ ਕਰਨੇ ਚਾਹੀਦੇ? ਕੀ ਲਾਜ਼ਮੀ ਕਰਨੀ ਚਾਹੀਦੀ? ਲੋਕ ਮਰ ਰਹੇ ਆ, ਦਿੱਲੀ ਦੇ 1 ਤੋਂ 2 ਮੌਤਾਂ ਹੋ ਰਹੀਆਂ ਨੇ। ਕਿੰਨੀ ਇਹਨਾਂ ਦੀ ਏਜ ਕਿੰਨੀ ਸੀ? ਏਜ ਇਹਨਾਂ ਦੀ 60+ ਹੈ। 60+, ਬੜੇ ਸੈਂਕੜੇ ਕਿਸਾਨ ਉੱਥੇ ਬੈਠੇ ਹੋਏ ਆ। ਹਾਂਜੀ, ਲੱਗਦਾ ਹਜੇ ਵੀ ਮੌਕਾ ਹੈਗਾ ਸਰਕਾਰ ਕੋਲ? ਬਹੁਤ ਵਧੀਆ ਮੌਕਾ, ਜੇ ਕੋਈ ਹੱਲ ਕਰ ਦਿੰਦਾ ਇਹਨਾਂ ਚੀਜ਼ਾਂ ਦੀ, ਇਹਦੀਆਂ ਮੰਗਾਂ ਕਲੀਅਰ ਕਰਕੇ ਤਾਂ ਕੰਮ ਫੈਸਲਾ ਖਤਮ ਕਰਨਾ। ਇਹ 12 ਤਰੀਕ ਦੇ ਗਏ ਜੀ, 12 ਤਰੀਕ ਨੂੰ ਅਸੀਂ ਤੋਰ ਕੇ ਆਉਂਦੇ ਜੀ, ਇਸ ਵਾਸਤੇ ਖੇਡਦੇ ਗਏ ਆ, ਵਧੀਆ ਕੋਈ ਇਹੋ ਜਿਹੀ ਗੱਲ ਨਹੀਂ ਸੀ, ਸਿਹਤ ਪੱਖੋਂ ਵੀ ਠੀਕ ਸੀਗੇ, ਵਧੀਆ ਆਪਦਾ ਜੋ ਘਰ ਦਾ ਗੁਜ਼ਾਰਾ ਵਧੀਆ ਤੋਰਦੇ ਸੀ। ਹਾਂ, ਕਿੰਨੀ ਜ਼ਮੀਨ? ਜ਼ਮੀਨ ਤਾਂ ਜੀ 7-8 ਗਲੇ ਜ਼ਮੀਨ ਹੈ ਜੀ, ਜ਼ਿਆਦਾ ਜ਼ਮੀਨ ਨਹੀਂ, ਜ਼ਮੀਨਾਂ ਜੱਟਾਂ ਕੋਲ ਕਿਹੜੀਆਂ ਜੀ? ਠੀਕ ਹੈ, ਵੇਖੋ ਕਰਜ਼ੇ ਦੇ ਮਾਰੇ ਅਸੀਂ ਉੱਥੇ ਜਾਂਦੇ ਹਾਂ, ਸਾਡਾ ਕਿਹੜਾ ਜੀ ਕਰਦਾ ਵੀ ਅਸੀਂ ਜਾ ਕੇ ਸਰਕਾਰ ਨਾਲ ਲੜ ਗਏ, ਪਰ ਉਹ ਵਿਚਾਰਾ ਹੱਸਦਾ ਖੇਡਦਾ ਗਿਆ ਸੀ, ਅਤੇ ਅਸੀਂ ਤਾਂ ਇਹ ਹੱਥ ਜੋੜ ਕੇ ਬੇਨਤੀ ਕਰਦੇ ਸਰਕਾਰ ਮੂਹਰੇ ਵੀ ਉਹਨੂੰ ਨੌਕਰੀ ਦੇਣੀ ਚਾਹੀਦੀ ਉਹਦੇ ਬੱਚੇ ਨੂੰ, ਅਤੇ 10 ਲੱਖ ਰੁਪਇਆ ਦੇਣਾ ਚਾਹੀਦਾ। ਕੀ ਪਰਿਵਾਰ 'ਚ ਕੌਣ ਕੌਣ ਹੈ? ਪਰਿਵਾਰ ਦੇ ਵਿੱਚ ਇੱਕ ਉਹਦਾ ਬੇਟਾ ਜੀ, ਇੱਕ ਬੇਟੀ ਹੈ, ਅਤੇ ਘਰ 4 ਜੀ ਹੈ ਜੀ। ਹਾਂਜੀ, ਕੀ ਦੱਸਿਆ ਕੀ ਸੀਗਾ, ਕੀ ਪ੍ਰੋਬਲਮ ਆਈ ਹੈ ਧੂੰਏ? ਪ੍ਰੋਬਲਮ ਤਾਂ ਜੀ ਧੂੰਏ ਦੇ ਕਾਰਨ ਉੱਥੇ ਹੋਰ ਕਿਸਾਨਾਂ ਨੂੰ ਬਹੁਤ ਆਈ ਜਾਂਦੀ, ਉਹਨੂੰ ਤਾਂ ਵਿਚਾਰੇ ਨੂੰ ਆਉਣੀ ਆਉਣੀ ਸੀ ਵੀ ਠੀਕ ਹੈ, ਉੱਥੇ ਹੋਰ ਦੁਨੀਆਂ ਬਥੇਰੀ ਮਰੀ ਜਾਂਦੀ ਹੈ, ਵਧੀਆ ਕੋਈ ਇਹੋ ਜਿਹੀ ਗੱਲ ਨਹੀਂ ਸੀ ਵੀ ਕਿਸੇ ਪੱਖੋਂ ਕੋਈ ਬਿਮਾਰੀ ਜਾਂਦੀ, ਕਿਸੇ ਗੱਲ ਨਹੀਂ ਸੀ, ਪਰ ਧੂੰਏ ਕਾਰਨ ਉਹਨੂੰ ਦਿੱਕਤ ਹੋਈ, ਦਿੱਕਤ ਕਰਕੇ ਸਾਹ ਔਖਾ ਹੋਣ ਲੱਗ ਗਿਆ, ਸਾਹ ਔਖੇ ਦੇ ਨਾਲ ਫਿਰ ਉਹ। ਪਰ ਲੱਗਦਾ ਸਰਕਾਰ ਕੋਲ ਮੌਕਾ ਹੈਗਾ ਹਜੇ ਵੀ ਨਿਬੇੜਦੇ? ਸਰਕਾਰ ਜੀ ਨਿਬੇੜ ਤਾਂ ਵਧੀਆ ਜੀ, ਇਹ ਤਾਂ ਸਾਰੇ ਕਹੀ ਜਾਂਦੇ ਆ, ਸਾਰੇ ਬੱਚਾ ਬੱਚੀ ਕਹੀ ਜਾਂਦੇ, ਬੁੜੀਆਂ ਕਹੀ ਜਾਂਦੀਆਂ, ਜਾਣ ਕਹੀ ਜਾਂਦੇ ਠੀਕ ਹੈ, ਘਰਾਂ ਦੇ ਘਰ ਬਰਬਾਦ ਹੋਈ ਜਾਂਦੇ ਆ। ਬਿਲਕੁਲ, ਹਾਂਜੀ, ਵੱਡਾ ਨੁਕਸਾਨ, ਨੁਕਸਾਨ ਬਹੁਤ ਹੋ ਜਾਂਦਾ ਜੀ, ਕਿੱਥੋਂ ਘਾਟਾ ਪੂਰਾ ਹੋਊਗਾ? ਠੀਕ ਹੈ, ਅਸੀਂ ਤਾਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਛੇਤੀ ਤੋਂ ਛੇਤੀ ਹੱਲ ਹੋਵੇ, ਜਿਹੜੇ ਉੱਥੇ ਕਿਸਾਨ ਮਰੇ ਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਜੋ ਉਹਨਾਂ ਦੇ ਬੱਚੇ ਉਹਨਾਂ ਨੂੰ ਨੌਕਰੀਆਂ ਦਿੱਤਾ ਜਾਣ। ਠੀਕ ਹੈ, ਸਰਕਾਰ ਮੂਹਰੇ ਹੱਥ ਜੋੜ ਕੇ ਬੇਨਤੀ ਕਰਦੇ ਜੀ। ਫੋਨ 'ਤੇ ਗੱਲਬਾਤ ਹੋਈ ਸੀ ਵੀ? ਹਾਂਜੀ, ਗੱਲਬਾਤ ਹੁੰਦੀ ਸੀ, ਠੀਕ ਸੀਗਾ ਬਿਲਕੁਲ, ਬਿਲਕੁਲ ਠੀਕ ਸੀ। ਕੌਣ ਕੌਣ ਪਰਿਵਾਰ 'ਚ ਇਹਨਾਂ ਦੀ ਜ਼ਮੀਨ ਕਿੰਨੀ ਹੈ? ਇਹਨਾਂ ਕੋਲ ਜ਼ਮੀਨ 8 ਕਿੱਲੇ ਆਈ, ਇੱਕ ਬੇਟਾ ਇੱਕ ਬੇਟੀ ਹੈ ਅਤੇ ਪਤਨੀ ਹੈ ਉਹਨਾਂ ਦੀ, 4 ਜੀ ਹੈ। ਤੁਹਾਨੂੰ ਲੱਗਦਾ ਕਿ ਸਰਕਾਰਾਂ ਨੂੰ ਹੱਲ ਕਰਨੇ ਚਾਹੀਦੇ? ਕੀ ਲਾਜ਼ਮੀ ਕਰਨੀ ਚਾਹੀਦੀ? ਲੋਕ ਮਰ ਰਹੇ ਆ, ਦਿੱਲੀ ਦੇ 1 ਤੋਂ 2 ਮੌਤਾਂ ਹੋ ਰਹੀਆਂ ਨੇ। ਕਿੰਨੀ ਇਹਨਾਂ ਦੀ ਏਜ ਕਿੰਨੀ ਸੀ? ਏਜ ਇਹਨਾਂ ਦੀ 60+ ਹੈ। 60+, ਬੜੇ ਸੈਂਕੜੇ ਕਿਸਾਨ ਉੱਥੇ ਬੈਠੇ ਹੋਏ ਆ। ਹਾਂਜੀ, ਲੱਗਦਾ ਹਜੇ ਵੀ ਮੌਕਾ ਹੈਗਾ ਸਰਕਾਰ ਕੋਲ? ਬਹੁਤ ਵਧੀਆ ਮੌਕਾ, ਜੇ ਕੋਈ ਹੱਲ ਕਰ ਦਿੰਦਾ ਇਹਨਾਂ ਚੀਜ਼ਾਂ ਦੀਆਂ ਮੰਗਾਂ ਕਲੀਅਰ ਕਰਕੇ ਤਾਂ ਕੰਮ ਫੈਸਲਾ ਖਤਮ ਕਰਨਾ।